इस कायद आजम का पठा जो कि 1940 में बना था, दिस इज मीनार ए पाकिस्तान। जरा जरा सू कहना ही ना कि जिन्हें लाहौर नहीं वेख्या जमा जमया नहीं, यह वेख लो जी ए सामने मीनार ए पाकिस्तान है, तो यह अही हाँ लाहौर वेख लिया तो हूँ अं जम घते हैं। नाउ वी आर बोर्न हाँ लाहौर वेख लिया, दिस इज लाहौर का पठा एंड दिस इज मी। हैलो जी, अस्सलाम वालेकुम, ते की हाल चाल है सारे दा। उम्मीद है तुसी सारे खैरियत नाल होवोगे। ते यार जिन्हें जिन्हें तक चैनल नूं सब्सक्राइब नहीं किया कर दिओ सब्सक्राइब, ते बैल आइकन नूं भी कर दिओ ताकि मेरे अच्छे अच्छे व्लॉग चंगे चंगे व्लॉग मेरे अपने व्लॉग मेरे पिंड के व्लॉग ते इस टाइम लाहौर के व्लॉग तुहाडे तक पहुंच सकन। ते हैर यार हुण जिहड़ा ना असीं रेडी शेडी होके जिहड़ा ना असीं जा रहे हां फिरन टुरन, जिहड़ा ना असीं बाहर निकलन लगे हुण जिहड़ा ना थोड़ा जिहा चिल माहौल करने आ, थोड़ा जिहा इंजॉय करने आ, शुगल वगैरह लगाने आ। इस टाइम असीं जा रहे हां बहरिया टोन, जिहड़ा ना उत्थे पैरस वाला खंबा वह वेखन जा रहे हां। बहरहाल मैं भी रेडी हो गया, उधर रदीम साहब भी रेडी हो गए, तो हुण असीं जा रहे हां सद्दी साहब ते जाके उहनूं नाल लैणा, उहनूं लै के फिर सा पहले जाणा ओरिन ट्रेन ते ओरिन ट्रेन तों होके फिर सा जिहड़ा ना उत्थे पुज्जना, पुज्जदा पुज्जदा तकरीबन सानूं घंटा डेढ़ लग जाना, उन्होंने तो पहले जाके जरा अपने वाल शाल जरा ना स्टाइल वगैरह बनवाना। ठीक है यू नो अजीम भाई मेरी लुक कैसी लग रही है? वेरी गुड, बिकॉज योर लुक इज वेरी डेंजरस। अजीम भाई आपका छोटा भाई तो इधर सोया हुआ है, आप उसे सियालकोट छोड़ के आए हो? हेलो वसीम, कैसे हो, उठ के हो? ये आपका भाई जा रहा है हमारे साथ घूमने, इसको पकड़ के रखो। कौन है ये लोग? अच्छा अजीम भाई दी अनक टुट गई, उहदा जरा ना थोड़ा जिहा ऑपरेशन हो रहा है। बाबा गल है असीं तिने बंदे हैन काले, ठीक है, तुहाडे तिना दी नज़र बड़ी जरा ना अलग किस्म दी, ते तिने बंदे असीं नट बजाउणे आ, अल्लाह खैर करे। आ भी दुकान बंद, वह भी बंद, ते वह भी बंद। अजीम भाई की किस्मत खराब, अनक अजीम भाई की नहीं सही हुई। 1 hour later गजरा लेने जाइए, वैलेंटाइन डे आ रहा है,
ਗਰਲਫ੍ਰੈਂਡ ਤੇ ਆ ਕੋਈ ਨਹੀਂ ਬਾਬਾ ਤੁਹਾਨੂੰ ਹੀ ਪਾਉਂਦੇ ਆ ਬਾਕੀ ਯਾਰ ਇੱਥੇ ਵੀ ਜਿਹੜਾ ਨਾ ਪੂਰਾ ਮੇਲੇ ਵਾਲਾ ਜਿਹੜਾ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਦੇਸੀ ਮਾਹੌਲ ਜਿਹੜਾ ਕਸ਼ਤੀ ਵਗੈਰਾ ਲੈ ਕੇ ਜੇ ਇਹਨਾਂ ਨਾਲ ਹੁਣ ਅਸੀਂ ਆ ਗਏ ਆ ਲਾਹੌਰ ਦੇ ਭੱਠੇ ਦੇ ਕੋਲ ਕਾਇਦ ਆਜ਼ਮ ਦਾ ਸੋਰੀ ਭੱਠਾ ਮੈਂ ਲਾਹੌਰ ਦਾ ਭੱਠਾ ਕਹਿ ਗਿਆ ਦਿਸ ਇਜ਼ ਕਾਇਦ ਆਜ਼ਮ ਦਾ ਭੱਠਾ ਜੋ ਕਿ 1940 ਮੈਂ ਬਣਾ ਤਾ ਦਿਸ ਇਜ਼ ਮੀਨਾਰੇ ਪਾਕਿਸਤਾਨ ਅਸਦ ਭਾਈ ਜਿਹੜਾ ਸਾਨੂੰ ਕਹਿੰਦਾ ਸੀ ਨਾ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਇਹ ਵੇਖ ਲਓ ਜੀ ਇਹ ਸਾਹਮਣੇ ਮੀਨਾਰੇ ਪਾਕਿਸਤਾਨ ਹੈ ਤੇ ਇਹ ਅਸੀਂ ਹਾਂ ਲਾਹੌਰ ਵੇਖ ਲਿਆ ਤੇ ਹੁਣ ਅਸੀਂ ਜੰਮ ਘੱਤੇ ਹਾਂ ਇਹ ਹੰਨੋ ਹੈ ਜਿਹੜੇ ਕਹਿੰਦੇ ਹਨ ਨਾ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਉਹ ਸੁਣ ਲਓ ਕਿ ਨਾਓ ਵੀ ਆਰ ਬੋਰਨ ਹਾਂ ਲਾਹੌਰ ਵੇਖ ਲਿਆ ਦਿਸ ਇਜ਼ ਲਾਹੌਰ ਦਾ ਭੱਠਾ ਐਂਡ ਦਿਸ ਇਜ਼ ਮੀ ਕੈਸੇ ਕੈਸੇ ਲੋਕ ਰਹਤੇ ਹੈ ਯਾਰ ਯਹਾਂ ਪਰ ਹਲੋ ਅਜ਼ੀਮ ਇੱਧਰ ਵੇਖੀ ਇੱਧਰ ਵੇਖ ਇੱਕ ਮਿੰਟ ਉਹ ਜਿਹੜਾ ਮਨਾੜੇ ਪਾਕਿਸਤਾਨ ਦੇ ਉੱਤੇ ਨੋ ਕੇ ਉਹਦੇ ਉੱਤੇ ਤੈਨੂੰ ਬਿਠਾਇਆ ਹੋਇਆ ਤੇ ਕੈਸਾ ਮਜ਼ਾ ਆਇਆ ਤੈਨੂੰ ਹਾਏ ਹਾਏ ਮਜ਼ੇ ਹਾਏ ਤੂੰ ਦੇ ਨਾ ਬਾਬਾ ਚਾਸਾ ਇਹ ਇੱਕ ਵਾਰੀ ਉਹਦੇ ਤੇ ਤੂੰ ਦੇ ਛੋਟੇ ਹੁੰਦਾ ਤੁਹਾਨੂੰ ਦੀਮ ਦੀ ਕਹਾਣੀ ਸੁਣਾਉਣਾ ਕਿ ਦੀਮ ਜਿਹੜਾ ਨਾ ਛੋਟੇ ਹੁੰਦਾ ਪਰ ਮਜ਼ੇ ਦੇ ਨਾਲ ਜਿਹੜਾ ਨਾ ਉਹ ਉੱਤੇ ਜਾ ਕੇ ਬਹਿੰਦਾ ਹੁੰਦਾ ਸੀ ਅੱਗੋਂ ਤੁਸੀਂ ਸਮਝ ਸਕਦੇ ਹੋ ਕਿੱਥੇ ਤੇ ਮੇਰਾ ਲੋੜ ਆਕਮ ਸਾਹਿਬ ਵੀ ਅੱਜ ਪੈਂਪੜ ਵੇਚ ਰਹੇ ਸਨ ਅੱਛਾ ਇੱਕ ਬੁੱਢੀ ਆਈ ਉਹਨੇ ਕਹਿੰਦਾ ਪੈਂਪੜ ਲੈ ਲਓ 30 ਰੁਪਏ ਦਾ ਬੁੱਢੀ ਕਹਿੰਦੀ ਉੱਥੋਂ ਤੇ 20 ਰੁਪਏ ਦਾ ਲੱਭਦਾ ਆਕਮ ਸਾਹਿਬ ਨੇ ਪੈਂਪੜ ਪਾਇਆ ਪੌੜੀਆਂ ਚੜਿਆ ਉਹ ਨੁੱਕੜ ਤੇ ਜਾ ਕੇ ਥੱਲੇ ਛਾਲ ਮਾਰੀ ਅੱਛਾ ਆਕਮ ਸਾਹਿਬ ਦੀ ਮਾੜ ਗਈ ਕਹਿੰਦਾ ਵੇ ਲੋ ਮਾੜ ਗਈ ਪੈਂਪੜ ਨਹੀਂ ਪਾਟਾ ਵੇਖ ਲੈ ਫਿਰ ਕੁਆਲਿਟੀ ਰੱਖੀ ਬ੍ਰੋ ਕੁਆਲਿਟੀ ਦਿਸ ਇਜ਼ ਕੁਆਲਿਟੀ ਕੁਆਲਿਟੀ ਦੀਆਂ ਚੀਜ਼ਾਂ ਦੇਈਦੀਆਂ ਨੇ ਤੇਰੇ ਮੂੰਹ ਚ ਬਾਕੀ ਯਾਰ ਆ ਜਿਹੜਾ ਇਹਨਾਂ ਨੇ ਜੰਗਲਾ ਹੁਣ ਨਹੀਂ ਲਾਇਆ ਪਹਿਲੇ ਕੋਈ ਨਹੀਂ ਲੱਗਾ ਹੁੰਦਾ ਸਾਡੀ ਬਚਪਨ ਦੀ ਉਹ ਉੱਥੇ ਜਿਹੜਾ ਨਾ ਉੱਥੇ ਵੀ ਤਸਵੀਰਾਂ ਹੈ ਨੇ ਤੇ ਉਹ ਜਿਹੜਾ ਮਨਾੜੇ ਪਾਕਿਸਤਾਨ ਦੇ ਉੱਤੇ ਵੀ ਅਸੀਂ ਚੜ੍ਹਦੇ ਰਹੇ ਹਾਂ ਠੀਕ ਹੈ ਤੇ ਅਦੀਮ ਭਾਈ ਜਿਹੜੇ ਨਾ ਇਸ ਟਾਈਮ ਇਹਨਾਂ ਦੀਆਂ ਲਿੱਟਾਂ ਕਟਾਉਣ ਵਾਲੀਆਂ ਹੋਈਆਂ ਨੇ ਇਹ ਬੜੀ ਅੱਛੀ ਬਾਤ ਕਹੀ ਆ ਬਾਕੀ ਯਾਰ ਇਹ ਬੜਾ ਜਿਹੜਾ ਨਾ ਅੱਛਾ ਜਿਹਾ ਪਾਰਕ ਹੈ ਠੀਕ ਹੈ ਵੇਖ ਸਕਦੇ ਹੋ ਤੁਸੀਂ ਬਹੁਤ ਹੀ ਜੋ ਹੈ ਨਾ ਬੜਾ ਪਾਰਕ ਹੈ ਇੱਥੇ ਜਿਹੜਾ ਨਾ ਬੰਦਾ ਸੁਬਾਹ ਸੁਬਾਹ ਦੀ ਮਾਰਨਿੰਗ ਵਾਕ ਜਿਹੜਾ ਨਾ ਉਹ ਕਰ ਸਕਦਾ ਕਿਉਂਕਿ ਮਾਰਨਿੰਗ ਵਾਕ ਕਰਨ ਵਾਸਤੇ ਬਹੁਤ ਅੱਛੀ ਜਗ੍ਹਾ ਬਾਕੀ ਇੱਥੇ ਜਿਹੜੀ ਤਰੀਖੀ ਜਗ੍ਹਾ ਨੇ ਉੱਤਲ ਵੀ ਲਾ ਕੇ ਜਾਂਦੇ ਜਾਣੀ ਬਾਦਸ਼ਾਹੀ ਮਾਸਟਰ ਉੱਥੇ ਜਾਂਦੇ ਉੱਥੇ ਜਾ ਕੇ ਵਲੋਗ ਬਣਾਉਂਦੇ ਸ਼ਾਹੀ ਕਿਲੇ ਦਾ ਵਲੋਗ ਬਣਾਉਂਦੇ ਆ ਠੀਕ ਹੈ ਐਨ ਦਿਸ ਇਜ਼ ਫਿਰ ਜਿਹੜਾ ਨਾ ਸਿਆਲਕੋਟ ਦਾ ਭੱਠਾ ਸੋਰੀ ਲਾਹੌਰ ਦਾ ਭੱਠਾ ਸਤਦੀਮ ਓਏ ਥੋੜੀ ਹੌਲੀ ਟੁਰੋ ਯਾਰ ਮੈਨੂੰ ਪਿੱਛੇ ਛੱਡ ਗਏ ਇਹ ਹੰਨੋ ਹੈ ਇੱਕ ਮਿੰਟ ਉੜੇ ਤੇ ਆ ਯਾਰ ਓਵੇ ਓਵੇ ਉਹ ਸਾਹਮਣੇ ਬਾਬਾ 14 ਫਰਵਰੀ ਮਨਾਈ ਜਾ ਰਹੀ ਹੈ ਤੇ ਬਾਬਾ ਸਹੀ ਗੱਲ ਜਾ ਕੇ ਸ਼ੁਗਰ ਲਾਰਨੇ ਆ ਜੀ ਤੇ ਹੁਣ ਜਿਹੜਾ ਨਾ ਸਾਹਮਣੇ ਨੈਸ਼ਨਲ ਹਿਸਟਰੀ ਮਿਊਜ਼ੀਅਮ ਹੁਣ ਜਿਹੜਾ ਨਾ ਅਸੀਂ ਜਾਣ ਲੱਗੇ ਮਿਊਜ਼ੀਅਮ ਦੇ ਵਿੱਚ ਠੀਕ ਤੇ ਉਹਦੇ ਅੰਦਰ ਜਿਹੜਾ ਨਾ ਕੈਮਰਾ ਵਗੈਰਾ ਲੋ ਨਹੀਂ ਹੈ ਠੀਕ ਤੇ ਇਸ ਲਈ ਜਿਹੜਾ ਅੰਦਰ ਹਿੱਸਾ ਤੁਹਾਨੂੰ ਨਹੀਂ ਦਿਖਾ ਸਕਾਂਗੇ ਬਾਕੀ ਤੁਹਾਨੂੰ ਮੈਂ ਵੇਖ ਕੇ ਦੱਸਾਂਗਾ ਕਿ ਅੰਦਰ ਹੈ ਕਿਹੜੀ ਕਿਹੜੀ ਚੀਜ਼ ਤੇ ਮੈਂ ਤੁਹਾਨੂੰ ਆਪ ਦੱਸ ਦਿਆਂਗਾ ਬਾਕੀ ਇਹ ਵੀ ਅੰਦਰੋਂ ਜਾ ਕੇ ਜਿਹੜਾ ਨਾ ਬਾਕੀ ਸਾਰਾ ਘੁੰਮਿਆ ਫਿਰਿਆ ਅਸੀਂ ਪਹਿਲੇ ਇਹ ਨਹੀਂ ਵੇਖਿਆ ਅੱਜ ਜਿਹੜਾ ਨਾ ਇਹ ਵੀ ਅੰਦਰੋਂ ਜਾ ਕੇ ਵੇਖਣ ਲੱਗਿਆ ਕਿ ਇਹਦੇ ਅੰਦਰ ਹੈ ਕਿਹੜੀ ਕਿਹੜੀ ਚੀਜ਼ ਇਸ ਮਿਊਜ਼ੀਅਮ ਦਾ ਵਲੋਗ ਜਿਹੜਾ ਨਾ ਤੁਹਾਨੂੰ ਅਲੱਗ ਦਿਖਾਵਾਂਗੇ ਠੀਕ ਹੈ ਇਹਦੇ ਵਿੱਚ ਅਲੱਗ ਜਿਹੜਾ ਨਾ ਆਰਾਮ ਦੇ ਨਾਲ ਸਕੂਨ ਦੇ ਨਾਲ ਇੱਕ ਚੀਜ਼ ਜਿਹੜਾ ਨਾ ਤੁਹਾਨੂੰ ਵਹਾਂਗੇ ਕਿਉਂਕਿ ਸਿਰਫ ਤਸਵੀਰਾਂ ਹੀ ਨੇ ਕਿਉਂਕਿ ਵੀਡੀਓ ਬਣਾਉਣ ਦੀ ਅੰਦਰ ਇਜਾਜ਼ਤ ਹੈ ਨਹੀਂ ਹੈ ਤਸਵੀਰਾਂ ਹੀ ਬਣਾਈਆਂ ਨੇ ਤੇ ਉਹ ਜਿਹੜਾ ਨਾ ਤੁਹਾਨੂੰ ਨਾਲੋ ਨਾਲ ਜਿਹੜਾ ਨਾ ਥੋੜੀ ਥੋੜੀ ਜਿਹੜੀ ਸਾਨੂੰ ਹਿਸਟਰੀ ਪਤਾ ਲੱਗੀ ਉਹ ਵੀ ਤੁਹਾਨੂੰ ਜਿਹੜਾ ਨਾ ਥੋੜੀ ਥੋੜੀ ਜਿਹੜਾ ਨਾ ਬੋਲ ਕੇ ਦੱਸਾਂਗੇ ਚੱਲ ਝੂਠਾ ਮੈਨੂੰ ਤਾਂ ਲੱਗੀ ਤੁਹਾਨੂੰ ਭਾਏ ਨਾਲ ਲੱਗੀ ਹੈ ਮੈਨੂੰ ਤਾਂ ਸਾਰੀ ਸਮਝ ਲੱਗੀ ਹੈ ਇਹ ਵੇਖ ਨਾ ਕਾਕਾ ਅਸੀਂ ਪੇਂਡੂ ਬੰਦੇ ਹਾਂ ਸਾਨੂੰ ਜਿੰਨਾ ਮਰਜ਼ੀ ਟੋਲ ਲਓ ਸ਼ਹਿਰੀ ਬੱਚੇ ਦੋ ਉੱਥੋਂ ਲੱਗ ਗਿਆ ਨਾ ਟੁੱਟੇ ਨੇ ਤਾਂ ਥੱਕ ਕੇ ਉੱਥੇ ਬਹਿ ਗਏ ਨੇ ਚੁੱਕਰ ਪੇ ਕੁੱਤੇ ਵਾਸ਼ਰੂਮ ਕਿਹੜੀ ਸਾਈਡ ਦੇ ਹੈਂ ਤੇਰੇ ਸਾਹਮਣੇ ਵਾਸ਼ਰੂਮ ਹੀ ਹੈ ਉਹ ਵਾਸ਼ਰੂਮ ਬਾਬਾ ਪੈਸੇ ਤੇ ਨਹੀਂ ਲੈਂਦੇ ਗੰਦ ਪਾਣ ਜਾ ਪੈਸੇ ਤੇ ਨਹੀਂ ਲੈਂਦੇ ਗੰਦ ਪਾਣ ਜਾ ਗੰਦ ਤੇ ਮੈਂ ਪਾ ਕੇ ਆਇਆ ਨਹੀਂ ਉਹ ਕੋਈ ਗੱਲ ਨਹੀਂ ਗੰਦ ਫੁੱਲ ਪਾਵਾਂਗੇ ਭਾਵੇਂ ਫਿਰ 30 ਲੈ ਲੈਣ ਉਹਨਾਂ ਲਏ ਨਾ 30 ਰੁਪਏ ਤੇ ਮੈਂ ਪਾਣੀ ਸ਼ਾਣੀ ਕੋਈ ਨਹੀਂ ਰੋਕ ਕੇ ਆਉਣਾ ਉੱਤੇ ਹੀ ਜਿਹੜਾ ਨਾ ਗੰਦ ਪਾ ਕੇ ਮੈਂ ਆਈ ਜਾਣਾ ਮਲਕ ਸਾਹਿਬ ਤੁਸੀਂ ਜਿਹੜਾ ਨਾ ਥੱਲੋਂ ਉੱਠ ਕੇ ਆਏ ਹੋ ਤੇ ਪਿੱਛੋਂ ਜਿਹੜਾ ਨਾ ਤੁਸੀਂ ਫੁੱਲ ਲਿੰਬ ਘੱਤੇ ਹੋ ਇਸ ਟਾਈਮ ਇੰਜ ਜਿਵੇਂ ਤੁਸੀਂ ਕਿਸੇ ਕੂੜੇ 'ਚੋਂ ਉੱਠ ਕੇ ਆਏ ਹੋ ਪਤਾ ਹੀ ਇਸ ਜਗ੍ਹਾ 'ਤੇ ਆ ਬਚਪਨ ਦੇ ਵਿੱਚ ਤਸਵੀਰਾਂ ਖਿੱਚੀਆਂ ਹਨ ਆਹੋ ਬਹੁਤ ਮਜ਼ਾ ਆਉਂਦਾ ਉਹ ਤਾਂ ਮੈਨੂੰ ਵੀ ਪਤਾ ਬਾਕੀ ਯਾਰ ਇੱਧਰ ਤਾਂ ਵੇਖੋ ਅੱਜ ਮਾਈ ਲੁੱਕ ਇਜ਼ ਵੈਰੀ ਵੈਰੀ ਔਸਮ ਅੱਜ ਮੈਂ ਬਹੁਤ ਪਿਆਰਾ ਲੱਗ ਰਿਹਾ ਹਾਂ ਵੈਰੀ ਵੈਰੀ ਟੱਟੀ ਨੋ ਨੋ ਬ੍ਰੋ ਮਾਈ ਲੁੱਕ ਇਜ਼ ਵੈਰੀ ਵੈਰੀ ਔਸਮ ਕਿਉਂ ਕਿਊਟਲੈਸ ਕਿਆ ਕਿਆ ਓਏ ਇਹ ਕੀ ਵਾ ਗਈ ਇਹ ਤਾਂ ਹਮੇ ਕੁਛ ਅਲੱਗ ਹੀ ਚੀਜ਼ ਜੋ ਹੈ ਨਾ ਲੱਭ ਗਈ ਹੈ ਇਧਰ ਬਾਕੀ ਯਾਰ ਗ੍ਰੇਟਰ ਇੱਕ ਬਾਰ ਪਾਰਕ ਗਿਆ ਨਾ ਉਹਨਾਂ ਨੇ ਬਣਾਉਣ ਹੀ ਬਣਾ ਹੜਿਆ ਠੀਕ ਹੈ ਬਹੁਤ ਹੀ ਖੂਬਸੂਰਤ ਪਾਰਕ ਹੈ ਇੱਥੇ ਤਾਂ ਮੈਂ ਤਕਰੀਬਨ ਲਾਹੌਰ ਆਉਂਦਿਆ ਰਹੀ ਤਾਂ ਇੱਥੇ ਅਸੀਂ ਤਕਰੀਬਨ ਕਿ 4 ਸਾਲਾਂ ਬਾਅਦ ਆਏ ਕਿਉਂ ਮਲਕ ਸਾਹਿਬ ਝੂਠ ਬੋਲ ਰਿਹਾ ਝੂਠ ਕੇ ਬੋਲ ਲੈ ਬੜੇ ਆਉਂਦਾ ਭੈਣ ਜੈ ਤੂੰ ਬਗੈਰ ਜਾਂਦਾ ਨਹੀਂ ਸਰ ਮੈਂ ਇੱਧਰ ਆਤਾ ਹੀ ਨਹੀਂ ਬਾਕੀ ਇਹ ਜਿਹੜੀ ਇਹਨਾਂ ਨੇ ਜਗ੍ਹਾ ਬਣਾਈ ਹੈ ਵਾਕਈ ਹੀ ਬਹੁਤ ਪਿਆਰੀ ਬਣਾਈ ਹੈ ਬਹੁਤ ਅਲੱਗ ਹੈ ਜੇ ਮੰਨੇ ਹੋ ਨਾ ਕਿਤੇ ਇਹਦੀ ਗੱਲ ਸੁਣ ਕੇ ਆ ਨਾ ਜਾਇਓ ਬਾਕੀ ਮੈਂ ਕਹਿੰਦਾ ਕਿ ਜਿਹੜਾ ਜਿਹੜਾ ਲਾਹੌਰ ਆਉਂਦਾ ਨਾ ਇੱਕ ਵਾਰੀ ਇੱਥੇ ਦਾ ਜਿਹੜਾ ਨਾ ਵਿਜ਼ਿਟ ਕਰੇ ਬਾਕੀ ਬੜੀ ਮਦਦਗਾਰ ਜਗ੍ਹਾ ਹੈ ਫੈਮਿਲੀ ਜਗ੍ਹਾ ਫੈਮਿਲੀ ਹੈ ਬਾਕੀ ਇਹ ਜੋ ਹੈ ਨਾ ਦਿਲ ਬਣੇ ਹੋਏ ਆ ਠੀਕ ਹੈ ਜਿਹੜੇ ਕੁਆਰੇ ਮੁੰਡੇ ਨੇ ਉਹਨਾਂ ਵਾਸਤੇ ਜਿਹੜਾ ਨਾ ਇਸ ਟਾਈਮ ਸਾਰ ਫੂਕਣ ਵਾਸਤੇ ਉਹਨਾਂ ਨੇ ਦਿਲ ਬਣਾਏ ਨੇ ਕਿ ਤੁਸੀਂ ਸਾਰ ਫੂਕੋ ਠੀਕ ਹੈ ਇਹਨਾਂ ਨੂੰ ਵੇਖ ਵੇਖ ਕੇ ਸਰੋ
ਜੀ ਤੇ ਹੁਣ ਜਰਾ ਨਾ ਅਸੀਂ ਕਿੱਥੇ ਜਾ ਰਹੇ ਹਾਂ ਮਨਾਰਾ ਪਹਿਲੇ ਉੱਥੇ ਕਿਲੇ ਕੇ ਬਾਦਸ਼ਾਹ ਮਸਜਿਦ ਤੁਹਾਨੂੰ ਪਤਾ ਹੈ ਤੁਸੀਂ ਲੈ ਕੇ ਮੈਨੂੰ ਫਿਰ ਜਾ ਰਹੇ ਹੋ ਮੇਰੀਆਂ ਲੱਤਾਂ ਪੀੜ ਹੋ ਰਹੀਆਂ ਅੱਜ ਜਾ ਕੇ ਮੈਨੂੰ ਕੰਧਾਰੇ ਦੇ ਅੱਜ ਤੁਹਾਨੂੰ ਇੰਨਾ ਕਿ ਜਿਹੜਾ ਨਾ ਟਰਾਣਾ ਹੈ ਕਿ ਤੇਰੀ ਜਿਹੜੀ ਨਾ ਲੱਤਾਂ ਕੇ ਕਾਂਬਣੇ ਲੱਗ ਪੜਨੀ ਹੈ ਤੇ ਇੱਕ ਤੁਹਾਨੂੰ ਜਿਹੜਾ ਨਾ ਕਿਲੇ ਦਾ ਕਿੱਸਾ ਸੁਣਾਉਂਦੇ ਹਾਂ ਅੱਜ ਤੋਂ 5 ਸਾਲ ਪਹਿਲੇ ਦਾ ਅਸੀਂ ਕਿਲੇ ਗਏ ਟੁਰਦੇ ਹਾਂ ਤੇ ਉੱਥੇ ਅਸੀਂ ਕਿਲੇ 'ਚ ਗਏ ਹਾਂ ਤੇ ਅਸਦ ਭਾਈ ਦੀ ਉੱਥੇ ਟੁੱਟ ਗਈ ਜਿੱਤੀ ਤੇ ਜਿੱਤੀ ਇਹਨੇ ਅੱਜ ਮੋਢੇ ਦੇ ਇੱਕ ਪੈਰ ਮੋਢੇ 'ਤੇ ਰੱਖਿਆ ਤੇ ਇੱਕ ਫੜਿਆ ਤੇ ਇੱਕ ਕੋਲ ਦੀ ਕੁੜੀ ਲੰਘੀ ਉਹਦੀ ਕੀ ਪਿਆ ਤੂੰ ਆਉਂਦਾ ਹੈ ਕਹਿੰਦਾ ਭਾਈ ਇਹ ਮੈਨੇ ਬਾਟਾ ਸਰਵਿਸ ਕੀ ਲਈ ਹੈ ਤੇ ਇੱਕ ਕੋਲ ਦੀ ਲੜਕੀ ਲੰਘਦੀ ਵੀ ਕਹਿੰਦੀ ਬਾਟਾ ਕੀ ਲੈ ਲੈਂਦੀ ਸੀ ਨਾ ਜਲੀ ਨਾ ਤੇਰੀ ਵੀ ਜਲੀ ਨਾ ਤੇ ਆਹ ਸਾਹਮਣੇ ਵੇ ਜੀ ਬਾਦਸ਼ਾਹ ਮਸਜਿਦ ਤੇ ਉਹਦੇ ਨਾਲ ਜਿਹੜਾ ਨਾ ਮੇਲਾ ਲੱਗਾ ਹੋਇਆ ਇਸ ਸਾਈਡ ਤੇ ਵੀ ਤੇ ਉੱਥੇ ਵੀ ਜਿਹੜਾ ਨਾ ਪੰਡੀ ਸਾਈਡ ਤੇ ਮੇਲਾ ਲੱਗਾ ਹੋਇਆ ਮਾਸ਼ਾਅੱਲਾ ਫਿਲਮ ਹੈ ਸਾਡੇ ਨਾਲ ਮੇਲੇ ਨਾਲ ਵੱਜ ਕੇ ਓਏ ਆਹ ਤੇ ਰੌਣਕ ਮੇਰਾ ਲਾਈ ਰੱਖੋ ਸ਼ੁਗਰ ਮੇਲਾ ਲਗਾਈ ਰੱਖੋ ਬਾਕੀ ਇਹ ਹੈ ਪੌਪਕੋਰਨ ਵਾਲੇ ਭਾਈ ਪੌਪਕੋਰਨ ਨਹੀਂ ਸੋਰੀ ਲੱਛੋ ਲੱਛੋ ਵਾਲੇ ਭਾਈ ਹੈਗੇ ਸਾਹਮਣੇ ਠੀਕ ਹੈ ਜੀ ਤੇ ਅਸੀਂ ਜਿਹੜਾ ਨਾ ਹੁਣ ਕਿਲੇ ਦੇ ਅੰਦਰ ਚੱਲੇ ਹਾਂ ਕਿਲੇ ਦੀ ਦੁਆਰ ਤੇ ਗੇਟ ਇਹਦਾ ਇਹ ਉਸ ਸਾਈਡ ਤੇ ਇਹ ਦੀ ਇਸ ਸਾਈਡ ਤੇ ਜਿਹੜਾ ਨਾ ਗੁਰਦੁਆਰਾ ਠੀਕ ਹੈ ਤੇ ਉਹ ਅੱਗੇ ਬਾਦਸ਼ਾਹ ਮਸਜਿਦ ਹੈ ਨੀ ਸਾਈਡ ਤੇ ਜਿਹੜਾ ਨਾ ਗੁਰਦੁਆਰਾ ਹੁਣ ਤੇ ਇਹਦੇ ਅੰਦਰ ਜਾਣ ਦੀ ਜ਼ਿਆਦਾ ਤਾਂ ਨਹੀਂ ਤੇ ਤੁਸੀਂ ਵੇਖਿਆ ਜਿਹੜਾ ਨਾ ਗ੍ਰੇਟਰ ਇਕਬਾਲ ਪਾਰਕ ਦਾ ਵਲੌਗ ਤੇ ਹੁਣ ਜਿਹੜਾ ਨਾ ਅਗਲੀ ਵੀਡੀਓ ਦੇ ਵਿੱਚ ਜਿਹੜਾ ਨਾ ਤੁਹਾਨੂੰ ਮਿਲੇਗਾ ਕਿਲੇ ਦਾ ਵਲੌਗ ਤੇ ਕਿਲੇ ਦਾ ਵਲੌਗ ਵੇਖਣਾ ਤੇ ਸਾਡੇ ਨਾਲ ਜੁੜੇ ਰਹੋ ਵੀਡੀਓ ਕੋ ਲਾਈਕ ਔਰ ਚੈਨਲ ਕੋ ਸਬਸਕ੍ਰਾਈਬ ਕਰ ਦਿਓ ਕਿਉਂਕਿ ਜਿਹੜਾ ਨਾ ਕਿਲੇ ਦਾ ਵਲੌਗ ਉਹ ਬਹੁਤ ਹੀ ਜਿਹੜਾ ਨਾ ਫਨੀ ਹੋਣ ਵਾਲਾ ਹੈ ਟੂ ਬੀ ਕੰਟੀਨਿਊ ਹਮਾਰੇ ਸਾਥ ਜੁੜੇ ਰਹੇ।